किस चीज की घाट समझते हो? सिस्टम खराब है क्योंकि पहला सरकार कोई होर सी, हुण सरकार बदली है, पर सरकार नूं सब पता सीगा किथे किथे कीड़ी कीड़ी कमी है, की लगता पूरी क्यों नहीं हो रही? जदों पुरानियां सरकारां सी उदों भी असीं बड़ी आवाज चुकी है इस चीज की कि अब बाजार बहुत नीवे हो चुके ने, क्योंकि जिहड़े आम जिहड़े कौंसलर हैगे ने उन्हां नूं है कि जे पुट पटा दे विच आ गए ते साडे पैसे अद्धे खाधे जाणे आ, क्योंकि बचना कुछ नहीं हैगा। फिर इसे करके हर साल हर वरी सड़कां ते सड़कां पाई जांदे, इन्ने क लोकां दे नीवे हो गए ने, वेख लो हर एक नूं अज बाल्टियां कोई करदा पिया, कोई वाइपर मारदा, उधर वेखा दो कि लगदा कि हुण सरकार सुनूगी। ਭਾਜੀ ਮੈਂ ਵੀ ਇੱਕ ਪਾਰਟੀ ਦਾ ਵਰਕਰ ਹਾਂ, ਬੜੀ ਮੈਂ ਸਪੋਰਟ ਕੀਤੀ ਡਾਕਟਰ ਸਾਹਿਬ ਹੋਣਾ ਨੂੰ, ਬਟ ਜਿਹੜਾ ਬੰਦਾ ਆਪਣੇ ਬਾਜ਼ਾਰ ਦੇ ਲੋਕਾਂ ਨਾਲ ਹੀ ਤੁਰੇਗਾ ਉਹ ਕੁਛ ਨਹੀਂ ਕਰ ਸਕਦਾ। ਹੁਣ ਮੈਂ ਦੱਸੋ ਇਹਨਾਂ ਨੂੰ ਮੈਂ ਕੀ ਜਵਾਬ ਦੇਵਾਂਗਾ? ਕੀ ਹੈ ਜੀ, ਮੈਂ ਉਦੋਂ ਵੀ ਐਪਲੀਕੇਸ਼ਨ ਲਿਖ ਕੇ ਦਫ਼ਤਰ ਦੇ ਕੇ ਆਇਆ ਕਿ ਲੋਕਾਂ ਦੇ ਥੜੇ ਤੜਵਾ ਕੇ ਬਾਜ਼ਾਰ ਸਿੱਧੇ ਕਰਵਾ ਦਿਓ, ਲੇਕਿਨ ਇੱਕ ਵੀ ਮੇਰੀ ਸੁਣਵਾਈ ਨਹੀਂ ਕੀਤੀ ਗਈ। ਲੱਤਾਂ ਖਿੱਚਣ ਵਾਲੇ ਬਹੁਤ ਸੀ, ਹੁਣ ਮੈਨੂੰ ਇਹ ਆ ਕੇ ਬਾਰ ਬਾਰ ਕਹਿੰਦੇ ਨੇ ਹਾਂ ਵੀ ਤੂੰ ਅੱਗੇ ਲਾ ਕੇ ਵੋਟਾਂ ਲਈਆਂ ਸੀ, ਇਹਨਾਂ ਨੂੰ ਮੈਂ ਕੀ ਜਵਾਬ ਦੇਵਾਂ? ਹੁਣ ਤੁਹਾਡੀ ਸੁਣੇਗੀ ਕਿ ਨਹੀਂ, ਕਿਉਂਕਿ ਤੁਸੀਂ ਮੂੰਹ ਖਾਣਾ ਲੋਕਾਂ ਨੂੰ ਕਿ ਪਾਰਟੀ ਕਿਤੇ ਨਾ ਕਿਤੇ ਲੈਕ ਕਰਦੀ ਪਈ ਹੈ। ਭਾਜੀ ਦਸੰਬਰ 'ਚ ਇਲੈਕਸ਼ਨ ਹੈਗੀਆਂ ਕੌਂਸਲਰ ਦੀਆਂ, ਜੇ ਪਹਿਲਾਂ ਪਹਿਲਾਂ ਮਹੱਲੇ ਦਾ ਕੰਮ ਹੋ ਜਾਏਗਾ ਤੇ ਕੌਂਸਲਰ ਆ ਕੇ ਵੋਟਾਂ ਮੰਗ ਲੈਣ, ਵਰਨਾ ਸਾਡੀ ਕੋਈ ਪਾਰਟੀ ਨਾਲ ਕੋਈ ਲਿੰਕ ਨਹੀਂ। ਜਿਹੜਾ ਬੰਦਾ ਆਪਣੇ ਬਾਜ਼ਾਰ ਦੇ ਲੋਕਾਂ ਨਾਲ ਨਹੀਂ ਹੈਗਾ ਉਹ ਆਪਣਾ ਕਿਸੇ ਨਾਲ ਨਹੀਂ। ਸੜਕ ਬਣਾਈ ਜਾਵੇ, ਸੜਕ ਪਟਾ ਕੇ ਬਣਾਈ ਜਾਵੇ। ਸਾਡੇ ਮਹੱਲੇ ਦਾ ਕੌਂਸਲਰ ਕਾਲੇ ਸ਼ਾਹ ਨੂੰ ਵੀ ਕਿਹਾ ਸੀ ਬਣਾਈ ਜਾਵੇ ਜਗ੍ਹਾ, ਸਾਡੇ ਮਹੱਲੇ ਦਾ ਬਾਬਾ ਦੋਧੀ ਅੱਗੇ ਲੱਗੇ ਨੇ, ਪਹਿਲਾਂ ਲੱਗਾ ਸੀ ਗੱਗੀ ਵੀਰ, ਜਗ੍ਹਾ ਨਹੀਂ ਬਣਨੀ, ਗੋਰਾ ਲੱਗਾ ਸੀ, ਸੜਕ ਬਣਨੀ ਹੈ, ਪੁੱਟ ਕੇ ਬਣਾਓ ਬਣਾਉਣੀ ਦੇ। ਜਿਨ੍ਹਾਂ ਦੀ ਮਹੱਲੇ ਇੱਕ ਦੁਕਾਨ ਨਹੀਂ ਗਈ ਉਹਨਾਂ ਨੇ ਸੜਕ, ਮੀਤ ਪ੍ਰਧਾਨ ਬਣੇ ਸੀ ਜਿਹੜੇ, ਉਹਨਾਂ ਨੇ ਸੜਕ ਬਣਾਈ ਹੈ, ਲੋਕਾਂ ਦਾ ਬੇੜਾ ਗਰਕ ਕੀਤਾ। ਉਹਨਾਂ ਦੀ ਇੱਕ ਦੁਕਾਨ ਮਹੱਲੇ 'ਚ ਨਹੀਂ ਗਈ ਜਿਨ੍ਹਾਂ ਨੇ ਸੜਕ ਪਵਾਈ ਹੈ, ਕਹਿਣ ਵਾਲਾ ਕੋਈ ਨਹੀਂ ਹੈਗਾ, ਸਾਰੇ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਸਾਡੇ ਮਹੱਲੇ 'ਚ ਪ੍ਰਧਾਨ ਹੈਗੇ ਨੇ। ਜਿਹੜਾ ਬਾਬਾ ਦੋਧੀ ਹੈ ਉਹ ਅੱਗੇ ਹੋਇਆ ਵਾ ਸਾਡੇ ਮਹੱਲੇ 'ਚ, ਦੋ ਤਿੰਨ ਜਾਣੇ ਹੋਰ ਅੱਗੇ ਹੋਏ। ਜਿਹੜਾ ਇੱਕ ਬਾਬਾ ਦੋਧੀ, ਇੱਕ ਬਾਬਾ ਦੋਧੀ ਕਿਸ਼ਨ ਕਿਸ਼ਨ ਰਾਮ ਕਿਸ਼ਨ, ਉਹ ਵੀ ਅੱਗੇ ਹੋਇਆ ਵਾ, ਠੀਕ ਆ। ਸੜਕ ਬਣਾਓ, ਸੜਕ ਬਣਾਓ, ਜਿਹਦੀ ਜਗ੍ਹਾ ਪੁੱਟ ਕੇ ਬਣਾਉਣੀ ਹੈ, ਤੁਹਾਨੂੰ ਗ੍ਰਾਂਟਾਂ ਮਿਲੀਆਂ, ਤੁਸੀਂ ਕਿਉਂ ਖਾਂਦੇ ਜੇ? ਇੱਕ ਪਾਸੇ ਗਰਮੀ ਨਾਲ ਪੂਰੇ ਲੋਕਾਂ ਦਾ ਬੁਰਾ ਹਾਲ ਸੀਗਾ, ਜਿਸ ਦੇ ਨਾਲ ਹੀ ਬਰਸਾਤ ਹੋਈ ਹੈ, ਬਰਸਾਤਾਂ ਸ਼ੁਰੂ ਹੋਈਆਂ ਨੇ, ਤਾਂ ਠੰਡ ਮਹਿਸੂਸ ਹੋਣੀ ਸ਼ੁਰੂ ਹੋਈ ਹੈ ਲੋਕਾਂ ਦੇ ਵਿੱਚ, ਇੱਕ ਸੁੱਖ ਦਾ ਸਾਹ ਆਇਆ। ਪਰ ਦੂਜੇ ਪਾਸੇ ਜਦੋਂ ਬਰਸਾਤ ਆਈ ਹੈ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਜੋ ਭੀੜੀਆਂ ਗਲੀਆਂ ਵਾਲਾ ਬਾਜ਼ਾਰ ਹੈ ਉਸ ਦੇ ਵਿੱਚ ਹਰ ਘਰ ਦੇ ਵਿੱਚ ਪਾਣੀ ਜਮ੍ਹਾਂ ਹੋ ਚੁੱਕਿਆ। ਲੋਕ ਤੰਗ ਪਰੇਸ਼ਾਨ ਹੋ ਕੇ ਪਾਣੀ ਆਪਣੇ ਘਰਾਂ 'ਚੋਂ ਬਾਲਟੀਆਂ ਵੱਗੀਆਂ ਨਾਲ ਬਾਹਰ ਕੱਢਦੇ ਪਏ ਨੇ। ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਤਸਵੀਰਾਂ ਦਿਖਾਈਆਂ ਜਾਣ ਕਿ ਕਿਸ ਤਰੀਕੇ ਦਾ ਹਾਲ ਗਲੀਆਂ ਦਾ ਬਣ ਚੁੱਕਿਆ, ਕਿ ਪੂਰਾ ਇੱਕ ਝੀਲ, ਦਰਿਆ ਜਾਂ ਕੁਝ ਵੀ ਕਹੀਏ ਕਿ ਹਰ ਪਾਸੇ ਪਾਣੀ ਪਾਣੀ ਹੋ ਚੁੱਕਿਆ, ਕਿਤੇ ਵੀ ਨਿਕਾਸੀ ਦਾ ਪ੍ਰਬੰਧ ਨਹੀਂ ਹੈਗਾ। ਕਈ ਸਾਲਾਂ ਤੋਂ ਇਸ ਤਰੀਕੇ ਨਾਲ ਹੀ ਅਸੀਂ ਦੇਖਦੇ ਹਾਂ, ਜਦੋਂ ਵੀ ਮੀਂਹ ਆਉਂਦਾ ਤਾਂ ਨਾਲ ਦੀ ਨਾਲ ਜੋ ਲੋਕ ਨੇ, ਜੋ ਇੱਥੋਂ ਦੇ ਰਿਹਾਇਸ਼ੀ ਲੋਕ ਨੇ, ਪਰੇਸ਼ਾਨ ਹੋ ਜਾਂਦੇ ਨੇ ਬਾਲਟੀਆਂ ਦੇ ਨਾਲ ਕਿਸ ਤਰੀਕੇ ਨਾਲ ਪਾਣੀ ਕੱਢਦੇ ਹੋਏ ਨਜ਼ਰ ਆ ਰਹੇ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਚੀਜ਼ ਦੀ ਘਾਟ ਸਮਝਦੇ ਹੋ? ਸਿਸਟਮ ਖਰਾਬ ਆ ਕਿਉਂਕਿ ਪਹਿਲਾਂ ਸਰਕਾਰ ਕੋਈ ਹੋਰ ਸੀ, ਹੁਣ ਸਰਕਾਰ ਬਦਲੀ ਆ, ਪਰ ਸਰਕਾਰ ਨੂੰ ਸਭ ਪਤਾ ਸੀਗਾ ਕਿੱਥੇ ਕਿੱਥੇ ਕਿਹੜੀ ਕਿਹੜੀ ਕਮੀ ਆ, ਕੀ ਲੱਗਦਾ ਪੂਰੀ ਕਿਉਂ ਨਹੀਂ ਹੋ ਰਹੀ? ਭਾਜੀ ਜਦੋਂ ਪੁਰਾਣੀਆਂ ਸਰਕਾਰਾਂ ਸੀ ਉਦੋਂ ਵੀ ਅਸੀਂ ਬੜੀ ਆਵਾਜ਼ ਚੁੱਕੀ ਹੈ ਇਸ ਚੀਜ਼ ਦੀ ਕਿ ਅਬ ਬਾਜ਼ਾਰ ਬਹੁਤ ਨੀਵੇਂ ਹੋ ਚੁੱਕੇ ਨੇ, ਕਿਉਂਕਿ ਜਿਹੜੇ ਆਮ ਜਿਹੜੇ ਕੌਂਸਲਰ ਹੈਗੇ ਨੇ ਉਹਨਾਂ ਨੂੰ ਹੈ ਕਿ ਜੇ ਪੁੱਟ ਪਟਾ ਦੇ ਵਿੱਚ ਆ ਗਏ ਤੇ ਸਾਡੇ ਪੈਸੇ ਅੱਧੇ ਖਾਧੇ ਜਾਣੇ ਆ, ਕਿਉਂਕਿ ਬਚਣਾ ਕੁਛ ਨਹੀਂ ਹੈਗਾ। ਫਿਰ ਇਸੇ ਕਰਕੇ ਹਰ ਸਾਲ ਹਰ ਵਰੀ ਸੜਕਾਂ ਤੇ ਸੜਕਾਂ ਪਾਈ ਜਾਂਦੇ, ਇੰਨੇ ਕੁ ਲੋਕਾਂ ਦੇ ਨੀਵੇਂ ਹੋ ਗਏ ਨੇ, ਵੇਖ ਲਓ ਹਰ ਇੱਕ ਨੂੰ ਅੱਜ ਬਾਲਟੀਆਂ ਕੋਈ ਕਰਦਾ ਪਿਆ, ਕੋਈ ਵਾਈਪਰ ਮਾਰਦਾ, ਉਧਰ ਵੇਖਾ ਦੋ, ਉਧਰ ਵੀ ਹਾਲੇ ਕਿ ਥੜੇ ਉੱਚੇ ਨੇ ਤਾਂ ਵੀ ਵਾਈਪਰ ਵੱਜਦੇ ਪਏ ਨੇ। ਤੇ ਆਉਣ ਵਾਲੀਆਂ ਸਰਕਾਰਾਂ ਨੂੰ ਮੈਂ ਕਹਾਂਗਾ ਜੇ ਤੁਸੀਂ ਕੌਂਸਲਰ ਦੀਆਂ ਵੋਟਾਂ ਲੈਣੀਆਂ ਪਹਿਲਾਂ ਮਹੱਲਿਆਂ ਦੇ ਸੁਧਾਰ ਕਰੋ। ਤੇ ਸਰ ਕਹਿੰਦੇ ਨੇ ਕਿ ਅਸੀਂ ਚੱਕਰ ਮਾਰਦੇ ਪਏ ਹਾਂ ਸਾਡੇ ਮਹੱਲੇ ਦੇ ਵਿੱਚ, ਪੂਰੀ ਗੱਲਬਾਤ ਅਸੀਂ ਆਮ ਲੋਕਾਂ ਦੀ ਸਰਕਾਰ ਆ, ਅਸੀਂ ਆਮ ਲੋਕਾਂ ਨਾਲ ਮਿਲ ਕੇ ਚਲਾਈਏ, ਸਾਨੂੰ ਇੱਕ ਇੱਕ ਕਮਜ਼ੋਰੀ ਪਤਾ ਕਿੱਥੇ ਕੀ ਘਾਟ ਆ, ਪਰ ਫਿਰ ਵੀ ਹੁਣ ਤੱਕ ਇਸ ਤਰੀਕੇ ਦੀ ਜੋ ਗੱਲ ਸਾਹਮਣੇ ਆਈ ਹੈ ਲੋਕ ਪਰੇਸ਼ਾਨ ਹੋ ਰਹੇ ਨੇ, ਕਿ ਲੱਗਦਾ ਕਿ ਹੁਣ ਸਰਕਾਰ ਸੁਣੂ। ਭਾਜੀ ਮੈਂ ਵੀ ਇੱਕ ਪਾਰਟੀ ਦਾ ਵਰਕਰ ਹਾਂ, ਬੜੀ ਮੈਂ ਸਪੋਰਟ ਕੀਤੀ ਡਾਕਟਰ ਸਾਹਿਬ ਹੋਣਾ ਨੂੰ, ਬਟ ਜਿਹੜਾ ਬੰਦਾ ਆਪਣੇ ਬਾਜ਼ਾਰ ਦੇ ਲੋਕਾਂ ਨਾਲ ਨਹੀਂ ਤੁਰੇਗਾ ਉਹ ਕੁਛ ਨਹੀਂ ਕਰ ਸਕਦਾ। ਹੁਣ ਮੈਂ ਦੱਸੋ ਇਹਨਾਂ ਨੂੰ ਮੈਂ ਕੀ ਜਵਾਬ ਦੇਵਾਂਗਾ ਕਿ ਕੀ ਹੈ ਜੀ? ਮੈਂ ਉਦੋਂ ਵੀ ਐਪਲੀਕੇਸ਼ਨ ਲਿਖ ਕੇ ਦਫ਼ਤਰ ਦੇ ਕੇ ਆਇਆ ਕਿ ਲੋਕਾਂ ਦੇ ਥੜੇ ਤੜਵਾ ਕੇ ਬਾਜ਼ਾਰ ਸਿੱਧੇ ਕਰਵਾ ਦਿਓ, ਲੇਕਿਨ ਇੱਕ ਵੀ ਮੇਰੀ ਸੁਣਵਾਈ ਨਹੀਂ ਕੀਤੀ ਗਈ। ਲੱਤਾਂ ਖਿੱਚਣ ਵਾਲੇ ਬਹੁਤ ਸੀ, ਹੁਣ ਮੈਨੂੰ ਇਹ ਆ ਕੇ ਬਾਰ ਬਾਰ ਕਹਿੰਦੇ ਨੇ ਹਾਂ ਵੀ ਤੂੰ ਅੱਗੇ ਲਾ ਕੇ ਵੋਟਾਂ ਲਈਆਂ ਸੀ, ਇਹਨਾਂ ਨੂੰ ਮੈਂ ਕੀ ਜਵਾਬ ਦੇਵਾਂ? ਹੁਣ ਤੁਸੀਂ ਪਾਰਟੀ ਨਾਲ ਕੰਮ ਕੀਤਾ, ਲੰਬਾ ਸਮਾਂ ਕੰਮ ਕੀਤਾ, ਕੀ ਲੱਗਦਾ ਕਿ ਹੁਣ ਪਾਰਟੀ ਕਿਤੇ ਨਾ ਕਿਤੇ ਤੁਹਾਡੀ ਸੁਣੇਗੀ ਕਿ ਨਹੀਂ, ਕਿਉਂਕਿ ਤੁਸੀਂ ਮੂੰਹ ਖਾਣਾ ਲੋਕਾਂ ਨੂੰ ਕਿ ਪਾਰਟੀ ਕਿਤੇ ਨਾ ਕਿਤੇ ਲੈਕ ਕਰਦੀ ਪਈ ਹੈ? ਭਾਜੀ ਦਸੰਬਰ 'ਚ ਇਲੈਕਸ਼ਨ ਹੈਗੀਆਂ ਕੌਂਸਲਰ ਦੀਆਂ, ਜੇ ਪਹਿਲਾਂ ਪਹਿਲਾਂ ਮਹੱਲੇ ਦਾ ਕੰਮ ਹੋ ਜਾਏਗਾ ਤੇ ਕੌਂਸਲਰ ਆ ਕੇ ਵੋਟਾਂ ਮੰਗ ਲੈਣ, ਵਰਨਾ ਸਾਡੀ ਕੋਈ ਪਾਰਟੀ ਨਾਲ ਕੋਈ ਲਿੰਕ ਨਹੀਂ। ਜਿਹੜਾ ਬੰਦਾ ਆਪਣੇ ਬਾਜ਼ਾਰ ਦੇ ਲੋਕਾਂ ਨਾਲ ਨਹੀਂ ਹੈਗਾ ਉਹ ਆਪਣਾ ਕਿਸੇ ਨਾਲ ਨਹੀਂ ਹੈ।
ਇਹ ਜਿਹੜਾ ਮੱਲਾ ਆ ਸਾਰੇ ਮੱਲੇ ਦੇ ਵਿੱਚ ਪਾਣੀ ਜਮਾ ਹੁੰਦਾ ਆ ਲਗਾਤਾਰ ਅਸੀਂ ਦੇਖਦੇ ਆ ਜਦੋਂ ਬਰਸਾਤ ਆਉਂਦੀ ਆ ਔਰ ਇਹ ਮੱਲਾ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਆ ਆਵਾਜਾਈ ਲਈ ਜਿਹੜੇ ਯਾਤਰੂ ਵੀ ਜਾਂਦੇ ਨੇ ਸੋ ਮੈਂ ਦੋਸਤੋ ਦਿਖਾਵਾਂਗਾ ਕਿ ਇੱਕ ਪਾਸੇ ਜੋ ਘਰਾਂ ਦੇ ਵਿੱਚ ਲੋਕ ਬਾਲਟੀਆਂ ਤੋਂ ਪਾਣੀ ਬਾਹਰ ਕੱਢਦੇ ਪਏ ਨੇ ਦੂਸਰੇ ਪਾਸੇ ਲੋਕ ਪਰੇਸ਼ਾਨ ਵੀ ਨੇ ਤੰਗ ਵੀ ਨੇ ਕਿ ਜੇ ਪੁਰਾਣੀ ਸਰਕਾਰਾਂ ਨੇ ਕੰਮ ਨਹੀਂ ਕੀਤਾ ਨਵੀਆਂ ਸਰਕਾਰਾਂ ਨੇ ਵੀ ਬਾਂਹ ਨਹੀਂ ਫੜੀ ਹੁਣ ਤੱਕ ਕੀ ਲੱਗਦਾ ਕਿ ਹੁਣ ਸਰਕਾਰ ਕਿਤੇ ਨਾ ਕਿਤੇ ਸੁਣੂਗੀ ਕਿਉਂਕਿ ਇਲੈਕਸ਼ਨ ਨੇੜੇ ਇਲੈਕਸ਼ਨ ਹੋ ਗਈ ਆ ਸਰਕਾਰ ਨੂੰ ਸੁਣਨੀ ਪਏਗੀ ਕਿਉਂਕਿ ਲੋਕਤੰਤਰ ਦੀ ਆਵਾਜ਼ ਹੈ ਇਹ ਗਲੀ ਦੇ ਵਿੱਚ ਤਿੰਨ ਟੋਏ ਹੈਗੇ ਨੇ ਦੱਸੋ ਕੋਈ ਵਿੱਚ ਡਿੱਗ ਗਿਆ ਤੇ ਕੌਣ ਜ਼ਿੰਮੇਵਾਰ ਹੈ ਵੀ ਇਹਦਾ ਇਹ ਤੇ ਤੁਸੀਂ ਅੱਧਾ ਘੰਟਾ ਲੇਟ ਆਏ ਹੋ ਦੁਕਾਨਾਂ ਦੇ ਅੰਦਰ ਦੇਖ ਦਿਖਾ ਸਕਦੇ ਹੋ ਤਾਲਿਆਂ ਦੇ ਅੰਦਰ ਪਾਣੀ ਜਾਂਦਾ ਇਹ ਕਿੰਨਾ ਕੁ ਨੁਕਸਾਨ ਹੋ ਰਿਹਾ ਸੀ ਆਪਣੇ ਰੈਸਟੋਰੈਂਟ ਬੰਦ ਕਰ ਦਿੱਤੇ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਕੰਮ ਕਾਰ ਪਹਿਲਾਂ ਨਹੀਂ ਕੱਪੜੇ ਦਾ ਜੋ ਕਾਰੋਬਾਰ ਹੈ ਜਿੱਥੇ ਕਿ ਅੰਦਰ ਪਾਣੀ ਵੜ ਚੁੱਕਿਆ ਹੁਣ ਪਤਾ ਨਹੀਂ ਸਵੇਰੇ ਕੀ ਪਤਾ ਲੱਗਦਾ ਕਿੱਥੇ ਨੇ ਕਿੰਨਾ ਨੁਕਸਾਨ ਹੋਇਆ ਹੋਵੇਗਾ ਕਿਉਂਕਿ ਇਹ ਕੱਪੜੇ ਦੀ ਕਾਫੀ ਪੁਰਾਣੀ ਦੁਕਾਨ ਹੋ ਸਕਦੀ ਹੈ ਕਿੰਨਾ ਨੁਕਸਾਨ ਹੋ ਸਕਦਾ ਭਾਜੀ ਬਹੁਤ ਨੁਕਸਾਨ ਹੈ ਹਰ ਇੱਕ ਜਾਣਾ ਬਹੁਤ ਦੁਖੀ ਹੋ ਕੇ ਗਿਆ ਤੁਸੀਂ ਦੇਖ ਸਕਦੇ ਲੋਕੀ ਕਿਵੇਂ ਮੋਟਰਸਾਈਕਲਾਂ ਡਿੱਗਦੇ ਪਏ ਨੇ ਕੰਮ ਕਾਰ ਪਹਿਲਾਂ ਨਹੀਂ ਹੈਗੇ ਜੇ ਰਾਤ ਨੂੰ ਕੰਮ ਨਿਕਲਦੇ ਨੇ ਮੀਂਹ ਆ ਗਿਆ ਤੇ ਪਾਣੀ ਇੰਨਾ ਇਕੱਠਾ ਹੋ ਗਿਆ ਦੁਕਾਨਦਾਰ ਕਿੱਥੇ ਮਰੇਗਾ ਕਿਹਨੂੰ ਆਪਣੀ ਆਵਾਜ਼ ਸੁਣਾਏ ਜਾ ਕੇ ਆਪਣੇ ਸਹਿਯੋਗੀ ਨੂੰ ਕਵਾਂਗਾ ਉਹ ਚੀਜ਼ ਦਿਖਾਈ ਜਾਵੇ ਕਿ ਕਿੱਥੇ ਇਸ ਤਰੀਕੇ ਨਾਲ ਟੋਇਆ ਜਿਸ ਨੂੰ ਕਿ ਇੱਕ ਜਾਲੀ ਟੱਕੀ ਹੁੰਦੀ ਸੀਮੈਂਟ ਦੀ ਉਹ ਵੀ ਚੁੱਕੀ ਹੋਈ ਆ ਔਰ ਇੱਥੇ ਕਰੀਬ ਟੋਇਆ ਵੀ ਆ ਜੇ ਇਹਦਾ ਕੇਸ ਕਿਤੇ ਕੋਈ ਪਰਿਵਾਰਕ ਜਾਂ ਕੋਈ ਲੇਡੀਜ਼ ਜਾਂ ਕੋਈ ਲੜਕੀ ਇੱਥੇ ਕੋਈ ਡਿੱਗਦੀ ਆ ਤਾਂ ਕਿਤੇ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਇਸ ਕਰਕੇ ਸਰਕਾਰਾਂ ਨੂੰ ਕਿਤੇ ਨਾ ਕਿਤੇ ਸੁਣਨ ਦੀ ਜੋ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਅੱਗੇ ਤੁਹਾਨੂੰ ਹਰ ਚੀਜ਼ ਦਿਖਾਉਂਦੇ ਹਾਂ ਲਾਈਵ ਅਪਡੇਟ ਤੁਹਾਨੂੰ ਦਿਖਾ ਰਹੇ ਹਾਂ ਜਗਬਾਣ ਤੇ ਇਸ ਵੇਲੇ ਦੀ ਖਬਰ ਕਿ ਮੀਂਹ ਇੱਕ ਪਾਸੇ ਤੇ ਪਿਆ ਸਭ ਨੂੰ ਇੱਕ ਰਿਲੈਕਸ ਮਿਲਿਆ ਸੁੱਖ ਦਾ ਸਾਹ ਆਇਆ ਪਰ ਦੂਸਰੇ ਪਾਸੇ ਪਰ ਲੋਕ ਪਰੇਸ਼ਾਨ ਵੀ ਹੋਏ ਨੇ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਇੱਕ ਪਾਸੇ ਦੁਕਾਨ ਦੇ ਅੰਦਰ ਝਾਤੀ ਮਾਰੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਵੜ ਚੁੱਕਿਆ ਔਰ ਕਿਸ ਤਰ੍ਹਾਂ ਜੋ ਦੁਕਾਨ ਨੂੰ ਸਾਫ਼ ਕਰਨ ਦੇ ਲਈ ਸੁਕਾਉਣ ਦੇ ਲਈ ਕਿਸ ਤਰੀਕੇ ਨਾਲ ਜਦੋਂ ਜਦ ਕੀਤੀ ਜਾ ਰਹੀ ਹੈ ਕਿਉਂਕਿ ਕੱਪੜੇ ਦੀ ਦੁਕਾਨ ਹੈ ਕਿਤੇ ਵੀ ਛਿੱਟ ਪੈ ਜਾਂਦੀ ਤੇ ਦਾਗ ਪੈ ਜਾਂਦਾ ਸੋ ਸਾਰਾ ਪਰਿਵਾਰ ਪਾਣੀ ਕੱਢਣ ਦੇ ਵਿੱਚ ਲੱਗਾ ਹੋਇਆ ਬਾਲਟੀਆਂ ਦੇ ਨਾਲ ਫਿਲਹਾਲ ਹੁਣ ਤੱਕ ਨਿਕਾਸੀ ਦਾ ਕੰਮ ਨਹੀਂ ਹੋ ਰਿਹਾ ਕਿਉਂਕਿ ਅਕਸਰ ਸੋ ਹਰ ਮੁਹੱਲੇ ਦਾ ਜੋ ਲੋਕ ਪਰੇਸ਼ਾਨ ਨੇ ਕਿਸ ਤਰੀਕੇ ਨਾਲ ਪਾਣੀ ਗਲੀਆਂ ਦੇ ਵਿੱਚ ਵੜਦਾ ਪਿਆ ਇੱਕ ਪਾਸੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੋ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਭਾਈ ਇਹ ਜਦੋਂ ਮੀਂਹ ਆਉਂਦਾ ਵਾ ਉਦੋਂ ਸਾਰਾ ਪਾਣੀ ਅੰਦਰ ਵੜ ਜਾਂਦਾ ਕੋਈ ਸਰਕਾਰ ਨੂੰ ਕੋਈ ਸੋਚਣਾ ਚਾਹੀਦਾ ਇਹਦੇ ਬਾਰੇ ਵੋਟ ਮੰਗਣ ਆਉਂਦੇ ਤੁਸੀਂ ਇੱਕ ਸਵਾਲ ਨਹੀਂ ਕਰਦੇ ਸਵਾਲ ਕਰਦੇ ਹਾਂ ਪਰ ਉਹ ਕਹਿੰਦੇ ਬਣਵਾ ਲਾਂਗੇ ਉਹ ਕਹਿੰਦੇ ਪਹਿਲੇ ਅਸੀਂ ਬਣਵਾਵਾਂਗੇ ਹਰ ਵਾਰੀ ਕਹਿੰਦੇ ਬਣਵਾ ਲਾਂਗੇ ਪਰ ਬਣਵਾ ਲਾਂਗੇ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਆਮ ਲੋਕ ਨੇ ਲੱਗਦਾ ਕਿ ਆਮ ਲੋਕ ਬਾਂਹ ਫੜਦੇ ਦੇਖੋ ਹੁਣ ਭਾਈ ਹੁਣ ਪਤਾ ਲੱਗੇਗਾ ਹੁਣ ਕਵਾਂਗੇ ਇਹਨਾਂ ਨੂੰ ਜਿਹੜੇ ਸਪਾਂਸਰ ਤੁਹਾਡਾ ਕੀ ਕਹਿਣਾ ਇਸ ਬਾਰੇ ਸਾਡਾ ਕਹਿਣਾ ਇਹ ਸਾਡੇ ਮੁਹੱਲੇ ਦੇ ਮੀਤ ਪ੍ਰਧਾਨ ਹੀ ਬੜੇ ਨੇ ਇਹ ਮੁਹੱਲੇ ਦੇ ਵਿੱਚ ਜਦੋਂ ਆਉਂਦੇ ਨੇ ਸਾਡੇ ਮੁਹੱਲੇ ਦੇ ਪਾਗਲ ਜਿਹੜੇ ਦੋ ਚਾਰ ਜਾਣੇ ਨਾਲ ਤੁਰ ਜਾਂਦੇ ਨੇ ਇਹ ਸਾਡੇ ਭਰਾ ਨੇ ਸਭ ਕੁਝ ਲੱਗਦੇ ਨੇ ਇੱਧਰ ਆ ਹੁਣ ਇੱਕ ਪਾਸੇ ਗੱਲ ਕਰੀਏ ਤਾਂ ਲੋਕਾਂ ਦੇ ਅੰਦਰ ਗੁੱਸਾ ਵੀ ਭਰਿਆ ਹੋਇਆ ਕਿਤੇ ਨਾ ਕਿਤੇ ਆਪਣੀ ਪੜਾ ਸਰਕਾਰ ਤੇ ਕੱਢਦੇ ਹੋਏ ਨਜ਼ਰ ਆ ਰਹੇ ਨੇ ਪਾਣੀ ਇੱਕੋ ਦਮ ਲੋਕਾਂ ਦੀ ਦੁਕਾਨਾਂ ਦੇ ਵਿੱਚ ਵੜਦਾ ਪਿਆ ਇਹ ਮੁਹੱਲੇ ਦੇ ਵਿੱਚ ਅਕਸਰ ਕੱਪੜੇ ਦੀ ਦੁਕਾਨਾਂ ਬਹੁਤ ਜ਼ਿਆਦਾ ਨੇ ਕਿਉਂਕਿ ਦਰਬਾਰ ਸਾਹਿਬ ਦਾ ਏਰੀਆ ਪੈਂਦਾ ਔਰ ਉਸ ਦੇ ਨਾਲ ਬਹੁਤ ਭਾਰੀ ਮਾਤਰਾ ਵਿੱਚ ਹਰ ਇੱਕ ਦਾ ਨੁਕਸਾਨ ਹੋਇਆ ਸੋ ਲਾਈਵ ਅਪਡੇਟ ਦੇਖ ਰਹੇ ਹੋ ਜਗਬਾਣੀ ਤੇ ਇਸ ਵੇਲੇ ਦੀ ਕਿਵੇਂ ਸਾਰੇ ਜਦੋ ਜਦ ਕਰਦੇ ਪਏ ਨੇ ਪਾਣੀ ਨੂੰ ਬਾਹਰ ਕੱਢਣ ਦੇ ਲਈ ਕਿਉਂਕਿ ਬਾਰਿਸ਼ ਜਦੋਂ ਪੈਂਦੀ ਹੈ ਉਸ ਤੋਂ ਬਾਅਦ ਇਸ ਜੋ ਮੁਹੱਲੇ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਫੀ ਜੋ ਇਲਾਕਿਆਂ ਦੇ ਵਿੱਚ ਪਾਣੀ ਅੰਦਰ ਵੜਦਾ ਹੈ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਪਾਸੇ ਸਾਰੀ ਦੁਕਾਨ ਦਿਖਾਈ ਜਾਵੇ ਕਿ ਦੁਕਾਨ ਦਾ ਪੂਰਾ ਬੁਰਾ ਹਾਲ ਹੋ ਚੁੱਕਿਆ ਸਮਾਨ ਤਹਿਸ ਨਹਿਸ ਹੋ ਗਿਆ ਪਾਣੀ ਕਿਸ ਤਰੀਕੇ ਨਾਲ ਗਿਆ ਸੂਟ ਔਰ ਬਾਕੀ ਸਾਰਾ ਸਮਾਨ ਗਿੱਲਾ ਹੋ ਗਿਆ ਹੁਣ ਇਸਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਸਰਕਾਰ ਅਕਸਰ ਕਹਿ ਦਿੰਦੀ ਹੈ ਕਿ ਕਿਤੇ ਨਾ ਕਿਤੇ ਅਸੀਂ ਬਾਂਹ ਫੜਨ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨਵੀਂ ਹੈ ਸਾਨੂੰ ਮੌਕਾ ਦਿਓ ਪਰ ਹੁਣ ਲੱਗਦਾ ਕਿ ਕਿਤੇ ਨਾ ਕਿਤੇ ਮੌਕਾ ਮਿਲੂਗਾ ਤੁਹਾਡਾ ਕੀ ਕਰੀਏ ਭਾਜੀ ਹੁਣ ਅਸੀਂ ਤੇ 50,000 ਦਾ ਸਾਡਾ ਨੁਕਸਾਨ ਹੋ ਗਿਆ ਇਹਦਾ ਕੌਣ ਜ਼ਿੰਮੇਵਾਰ ਹੈ ਅਸੀਂ ਹੁਣ ਕੀ ਕਰ ਸਕਦੇ ਹਾਂ ਇਹਦੇ 'ਚ ਹੁਣ ਅਸੀਂ ਚੱਲ ਜਾਂਦੇ ਸੜਕ ਬਣਾਈ ਜਾਵੇ ਸੜਕ ਪਟਾ ਕੇ ਬਣਾਈ ਜਾਵੇ ਇਹਨਾਂ ਨੇ ਕੌਂਸਲਰ ਕਾਲੇ ਸ਼ਾਨ ਵੀ ਕਿਹਾ ਸੀ ਬਣਾਈ ਜਾਵੇ ਜਗ੍ਹਾ ਸਾਡੇ ਮੁਹੱਲੇ ਦਾ ਬਾਬਾ ਦੋਧੀ ਅੱਗੇ ਲੱਗੇ ਨੇ ਪਹਿਲਾਂ ਲੱਗਾ ਸੀ ਗੱਗੀ ਵੀਰ ਜਗ੍ਹਾ ਨਹੀਂ ਬਣਨੀ ਗੋਰਾ ਲੱਗਾ ਸੀ ਸੜਕ ਬਣਨੀ ਹੈ ਪੁੱਟ ਕੇ ਬਣਾਓ ਬਣਾਣੀ ਦੇ ਜਿਨ੍ਹਾਂ ਦੀ ਮੁਹੱਲੇ ਇੱਕ ਦੁਕਾਨ ਨਹੀਂ ਗੀ ਉਹਨਾਂ ਨੇ ਸੜਕ ਮੀਤ ਪ੍ਰਧਾਨ ਬਣੇ ਸੀ ਜਿਹੜੇ ਉਹਨਾਂ ਨੇ ਸੜਕ ਬਣਾਈ ਹੈ ਲੋਕਾਂ ਦਾ ਬੇੜਾ ਗਰਕ ਕੀਤਾ ਉਹਨਾਂ ਦੀ ਇੱਕ ਦੁਕਾਨ ਮੁਹੱਲੇ 'ਚ ਨਹੀਂ ਗੀ ਜਿਨ੍ਹਾਂ ਨੇ ਸੜਕ ਪਵਾਈ ਹੈ ਕਹਿਣ ਵਾਲਾ ਕੋਈ ਨਹੀਂ ਹੈਗਾ
सारे एक तो एक चढ़दी कला वाले साडे महल्ले च प्रधान हैगे ने, जिहड़ा जिहड़ा बाबा दोधी है वह अगे होया वा साडे महल्ले, दो तीन जने होर अगे होए, जिहड़ा एक बाबा दोधी किशन वह भी अगे होया वा, ठीक है। सड़क बनाओ जिहदी जगह पुट के बनानी है, तुहानू ग्रांटां मिलियां, तुसीं क्यों खांदे जे? ਜੀ ਹੁਣ ਜਦੋਂ ਵੋਟਾਂ ਨੇੜੇ ਨੇ, ਕਹਿ ਸਕਦੇ ਹੋ ਕਿ ਵੋਟਾਂ ਲੈਣ ਦੇ ਲਈ ਜਦੋਂ ਕੌਂਸਲਰ ਆਉਂਦੇ ਨੇ, ਕੋਈ ਆਉਂਦੇ ਨੇ, ਤਾਂ ਕੋਈ ਸਵਾਲ ਕੀਤੇ ਜਾਣਗੇ ਜਾਂ ਬਹਿ ਕੇ ਗੱਲ? ਭਾਜੀ ਮੈਂ ਕਹਿਣਾ ਆਪਣੇ ਘਰਦਿਆਂ ਨੂੰ ਭੇਜੋ, ਜਿਹੜੇ ਸੁੱਤੇ ਹੋਣ ਆ ਕੇ ਝਾੜੂ ਮਾਰਨ, ਪਾਣੀ ਬਾਹਰ ਕੱਢਣ, ਇਹਨਾਂ ਨੂੰ ਉਦੋਂ ਸਵਾਲ ਕੀਤਾ ਜਾਏਗਾ ਜੋ ਆਉਣਗੇ। ਛਿੱਤਰਾਂ ਦਾ ਹਾਰ ਪੂਰਾ ਬੇਗਾ, ਅਗਲੀ ਵਾਰੀ ਇੱਕ ਨੂੰ ਪਿਆਈ ਆ ਕੇ ਸਾਰਿਆਂ ਨੂੰ ਬੇਗਾ ਨਾਲ ਜਿਹੜੇ ਆਉਣਗੇ। ਲਾਸਟਿਕਨ ਪਾਣੀ ਗਿਆ ਉੱਥੋਂ, ਕਿਸ ਤਰੀਕੇ ਨਾਲ ਭਾਰੀ ਮਾਤਰਾ ਵਿੱਚ ਨੁਕਸਾਨ ਹੋਇਆ? ਪੂਰਾ ਜੋ ਮੁਹੱਲਾ ਹੈ ਦਰਬਾਰ ਸਾਹਿਬ ਦੇ ਨੇੜੇ ਲੱਗਦੇ ਦੁਕਾਨਾਂ ਨੇ, ਹਰ ਇੱਕ ਜਗ੍ਹਾ ਤੇ ਨੁਕਸਾਨ ਹੋਇਆ, ਦੁਕਾਨਾਂ ਦੇ ਅੰਦਰ ਪਾਣੀ ਗਿਆ, ਘਰਾਂ ਦੇ ਅੰਦਰ ਪਾਣੀ ਗਿਆ, ਲੋਕ ਪਾਣੀ ਬਾਲਟੀਆਂ ਮੱਗਿਆਂ ਨਾਲ ਕੱਢਦੇ ਹੋਏ ਨਜ਼ਰ ਆ ਰਹੇ ਨੇ, ਲੋਕਾਂ ਦੇ ਅੰਦਰ ਕਾਫੀ ਗੁੱਸਾ ਵੀ ਹੈ, ਰੋਸ ਵੀ ਹੈ। ਹੁਣ ਦੇਖਦੇ ਹਾਂ ਕਿ ਸਰਕਾਰ ਦੇ ਕੰਨ ਤੇ ਜੂ ਸਰਕਦੀ ਹੈ ਕਿ ਨਹੀਂ। ਵੀਡੀਓ ਜਰਨਲਿਸਟ ਅਕਸ਼ੇ ਦੇ ਨਾਲ ਹਰਮੀਤ ਸਿੰਘ, ਜਗਬਾਣੀ ਟੀਵੀ, ਅੰਮ੍ਰਿਤਸਰ।